ਸਵਾਗਤ ਹੈ ਦੋਸਤੋ ਹਾਜ਼ਰ ਹੈ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਬੇਨਤੀ ਕਰਦੇ ਆ ਦੋਸਤੋ ਜਿਹੜੇ ਵੀਰ ਨਵੇਂ ਆ ਚੈਨਲ ਤੇ ਵੀਡੀਓ ਦੇਖਣ ਵਾਲੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੇ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਦਿਆ ਜੇ ਤਾਂ ਕਿ ਆਉਣ ਵਾਲੀ ਜਿਹੜੀ ਹਰ ਰੋਜ਼ ਦੀ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਦੋਸਤੋ ਇੱਕ ਬਸ਼ੇਰੇ ਦੀ ਗੱਲਬਾਤ ਕਰਨੀ ਹੈ ਨੁਕਰਾ ਬਸ਼ੇਰਾ ਹੈ ਅੱਗੇ ਜਿਹੜਾ ਆਪਾਂ ਇਹਦਾ ਮੁੱਲ ਵਗੈਰਾ ਤੇ ਜਿਹੜੀ ਬਾਕੀ ਦੀ ਡਿਟੇਲ ਹੈ ਉਹ ਸਾਂਝੀ ਕਰਨੀ ਹੈ ਸੋ ਜੁੜੇ ਰਹੋ ਦੋਸਤੋ ਐਂਡ ਤੱਕ ਵੀਡੀਓ ਦੇ ਨਾਲ ਸੋ ਦੋਸਤੋ ਜਿਹੜਾ ਅੱਜ ਬਸ਼ੇਰਾ ਤੁਸੀਂ ਸਕਰੀਨ ਤੇ ਦੇਖ ਰਹੇ ਆ ਬਹੁਤ ਹੀ ਵਧੀਆ ਉੱਚ ਕੁਆਲਿਟੀ ਦਾ ਬਸ਼ੇਰਾ ਦੋਸਤੋ ਇਹ ਕੱਲਾਂ ਵਾਲੇ ਚੇਤਕ ਦਾ ਬੱਚਾ ਹੈ ਕੱਲ ਖੁਰਦ ਪਿੰਡ ਦੇ ਵਿੱਚ ਜਿਹੜਾ ਚੇਤਕ ਘੋੜਾ ਤੁਸੀਂ ਸਾਰੇ ਜਾਣਦੇ ਹੋ ਚੰਗੀ ਤਰ੍ਹਾਂ ਉਹਦਾ ਇਹ ਬੱਚਾ ਹੈ ਦੋਸਤੋ ਉਮਰ ਜਿਹੜੀ ਇਹਦੀ 2.5 ਸਾਲ ਉਮਰ ਹੈ ਇਸ ਟਾਈਮ ਤੇ ਤੇ ਹਾਈਟ ਦੀ ਜੇ ਗੱਲ ਕਰੀਏ ਤਾਂ ਦੋਸਤੋ 65 ਇੰਚ ਹਾਈਟ ਹੈ ਇਹਦੀ 2.5 ਸਾਲ ਉਮਰ ਹੈ। ਸੋ ਹਾਈਟ ਚੰਗੀ ਹੈ। ਅੱਗੇ ਹੋਰ ਹਾਈਟ ਕਰੂਗਾ। ਹਲੇ ਉਮਰ ਥੋੜੀ ਹੋਈ ਹੈ। ਕੋਈ ਬਾੜੀ ਉਮਰ ਨਹੀਂ ਹੋਈਗੀ। ਸੋ ਕਈ ਵੀਰ ਹੁੰਦੇ ਆ ਸ਼ਕੀਨ ਜਿਨ੍ਹਾਂ ਨੇ ਕੋਈ ਸਟਾਲੀਅਨ ਬਣਾਉਣਾ ਹੈ। ਸਟੱਡ ਫਾਰਮ ਦੀ ਮਤਲਬ ਕਿ ਸਟੱਡ ਸਰਵਿਸ ਦੇਣੀ ਹੈ। ਸ਼ੌਂਕ ਨਾਲ ਜੇ ਕਿਸੇ ਨੇ ਰੱਖਣਾ ਹੈ ਤਾਂ ਵਸ਼ੀਰਾ ਚੰਗਾ ਹੈ ਦੋਸਤੋ। ਮੂੰਹ ਮੱਥੇ ਦਾ ਸੁਨੱਖਾ ਹੈ। ਕੰਨ ਕਨੋਤੀ ਦਾ ਸ਼ਕੀਨ ਹੈ। ਬਾਕੀ ਚੰਗੀ ਬਾਡੀ ਬੰਤਰ ਦਾ ਹੈ। ਸਭ ਤੋਂ ਵੱਡੀ ਗੱਲ ਹੈ ਕਿ ਚੰਗੇ ਬਲੱਡ ਲਾਈਨ ਦਾ ਚੰਗੇ ਘੋੜੇ ਦਾ ਬੱਚਾ ਦੋਸਤੋ ਸੋ ਨੰਬਰ 22 ਹੁਣਾਂ ਦਾ ਸਕਰੀਨ ਤੇ ਚੱਲਦਾ ਹੈ ਬਾਕੀ ਦੀ ਜਿਹੜੀ ਡਿਟੇਲ ਆ ਉਹ ਤੁਸੀਂ ਬਾਈ ਜੀ ਹੁਣਾਂ ਤੋਂ ਲੈ ਲੈਣੀ ਹੈ ਥੋੜੇ ਬਹੁਤ ਸਪੌਟ ਇਹਦੇ ਵਿੱਚ ਹੈਗੇ ਹੈ ਬਾਈ ਜੀ ਹੁਣਾਂ ਨੇ ਦੱਸਿਆ ਬਿਲਕੁਲ ਸਪੌਟਲੈਸ ਨਹੀਂ ਪਰ ਜ਼ਿਆਦਾ ਨਹੀਂਗੇ ਥੋੜੇ ਬਹੁਤ ਹੈ ਸੋ ਮੁੱਲ ਦੀ ਜੇ ਗੱਲ ਕਰੀਏ ਤਾਂ ਦੋਸਤੋ ਮੁੱਲੇ ਦਾ ਬਾਈ ਜੀ ਹੁਣੀ 215000 ਰੁਪਿਆ ਮੁੱਲ ਕਰਦੇ ਆ ਬਾਕੀ ਜਿਹੜੀ ਮੌਕੇ ਤੇ ਕੋਈ ਬਾਤ ਘਾਟ ਹੋ ਜਾਂਦੀ ਹੁੰਦੀ ਹੈ ਸੋ ਨੰਬਰ 22 ਹੁਣਾਂ ਦਾ ਲੱਗਾ ਸਕਰੀਨ ਤੇ ਗੱਲਬਾਤ ਤੁਸੀਂ ਬਾਈ ਹੁਣਾਂ ਦੇ ਨਾਲ ਕਰ ਸਕਦੇ ਆ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਕਲਖੁਰਦ ਚੇਤਕਾਲਾ ਇੱਕ ਪਿੰਡ ਹੈ ਇਹ ਉਸੇ ਪਿੰਡ ਹੀ ਖੜਾ ਹੈ ਸੋ ਜੁੜੇ ਰਹੋ ਦੋਸਤੋ ਆਪਣੇ ਚੈਨਲ ਦੇ ਨਾਲ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਆ ਆਪਣੇ ਜਾਨਵਰ ਦੀ ਵੀਡੀਓ ਆਪਣੇ ਚੈਨਲ ਤੇ ਲਵਾਉਣ ਵਾਸਤੇ ਨੰਬਰ ਮੇਰਾ ਸਕਰੀਨ ਤੇ ਚੱਲਦਾ ਹੈ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ